ਸਾਡਾ ਪਰਿਵਾਰ ਸੀ ਸਰਦੂਲ ਭਾਜੀ ਮੇਰੇ ਫਾਦਰ ਸਾਹਿਬ ਦੇ ਸ਼ਾਗਿਰਦ ਔਰ ਮੇਰੇ ਖਿਆਲ ਪੰਜਾਬ 'ਚ ਉਹਨਾਂ ਤੋਂ ਵਧੀਆ ਸਿੰਗਰ ਨਾ ਕਦੇ ਹੋਇਆ ਨਾ ਕਦੇ ਹੋ ਸਕਦਾ ਕੋਈ ਜਿੱਦਾਂ ਦਾ ਉਹਨਾਂ ਦਾ ਗਾਣਾ ਸੀ ਔਰ ਸ਼ਬਦ ਤਾਂ ਹੈ ਨਹੀਂ ਕਿ ਹੁਣ ਇਸ ਮੌਕੇ 'ਤੇ ਮੈਂ ਕੀ ਬੋਲਾਂ ਕੀ ਨਾ ਬੋਲਾਂ ਇੱਕ ਚੀਜ਼ ਮੈਂ ਜ਼ਰੂਰ ਕਲੈਰੀਫਾਈ ਕਰਨਾ ਚਾਹੂੰਗਾ ਅਸੀਂ ਨਿਊਜ਼ ਦੇਖ ਰਹੇ ਹਾਂ ਕਾਫੀ ਜਗ੍ਹਾ ਇਹ ਪਬਲਿਸ਼ ਕੀਤਾ ਜਾ ਰਿਹਾ ਹੈ ਕਿ ਕਰੋਨਾ ਨਾਲ ਉਹਨਾਂ ਦੀ ਡੈਥ ਹੋਈ ਹੈ ਜਦਕਿ ਕਰੋਨਾ ਨਾਲ ਉਹਨਾਂ ਦੀ ਡੈਥ ਨਹੀਂ ਹੋਈ ਕਰੋਨਾ ਉਹਨਾਂ ਨੂੰ ਹੋਇਆ ਸੀ ਕਰੋਨਾ ਤੋਂ ਉਹ ਠੀਕ ਹੋ ਗਏ ਸੀਗੇ ਰਿਪੋਰਟ ਉਹਨਾਂ ਦੀ ਨੈਗੇਟਿਵ ਆ ਗਈ ਸੀ ਉਹਨਾਂ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ ਕੁਝ ਸਾਲ ਪਹਿਲਾਂ ਅਤੇ ਕਿਡਨੀ ਟਰਾਂਸਪਲਾਂਟ ਵਾਲੇ ਪੇਸ਼ੈਂਟ ਲਈ ਇਨਫੈਕਸ਼ਨ ਜਿਹੜਾ ਹੈ ਉਹ ਡੈਡਲੀ ਸਾਬਿਤ ਹੁੰਦਾ ਸੋ ਇਨਫੈਕਸ਼ਨ ਦੇ ਨਾਲ ਉਹਨਾਂ ਦਾ ਜੋ ਨੁਕਸਾਨ ਹੋਇਆ ਉਹ ਇਨਫੈਕਸ਼ਨ ਦੇ ਨਾਲ ਹੋਇਆ ਜਦਕਿ ਕਰੋਨਾ ਦੀ ਰਿਪੋਰਟ ਤਾਂ ਉਹਨਾਂ ਦੀ ਠੀਕ ਆ ਗਈ ਸੀ ਕਰੋਨਾ ਮੁਕਤ ਸੀਗੇ ਕਰੋਨਾ ਦੇ ਆਫਟਰ ਇਫੈਕਟਸ ਜਿਹੜੇ ਹੁੰਦੇ ਆ ਉਹਨਾਂ ਤੋਂ ਸਰੀਰ ਨਹੀਂ ਚੱਲ ਪਾਇਆ ਪੋਸਟ ਕੋਵਿਡ ਜੋ ਉਹਦੇ ਉਹ ਹੁੰਦੇ ਆ ਮੇਬੀ ਉਸ ਕਰਕੇ ਉਹ ਜ਼ਿਆਦਾ ਨੁਕਸਾਨ ਸਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿੰਨੇ ਡੇਢ ਮਹੀਨਾ ਹੋ ਗਿਆ ਸੀ ਉਹਨਾਂ ਨੂੰ ਇੱਥੇ ਐਡਮਿਟ ਹੋਇਆ ਨੂੰ ਕੋਈ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਣ ਆਇਆ ਗਾਇਕਾਂ ਦੀ ਵੀ ਬਹੁਤ ਇਹ ਗੱਲ ਕੀਤੀ ਸੀ ਕੋਈ ਜ਼ਿਆਦਾ ਲੋਕ ਉਹਨਾਂ ਨੂੰ ਪੁੱਛਣ ਨਹੀਂ ਇਹ ਇਹ ਛੱਡ ਦਿੱਤਾ ਗਿਆ ਇਹ ਨਹੀਂ 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 ਇਦਾਂ ਦੀ ਗੱਲ ਨਹੀਂ ਹੈ ਇਹ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ ਸੀ ਇਸ ਬਾਰੇ